ਬਰਨਾਲਾ ਦੇ ਕੱਲ ਬੜਬਰ ਵਿੱਚ ਕਾਲੇ ਧਨੌਂਦੇ ਦਾ ਗੈਂਗਸਟਰ ਦਿੱਤੇ ਉੱਥੇ ਇੱਕ ਐਨਕਾਊਂਟਰ ਕੀਤਾ ਗਿਆ ਸੀ, ਉਹ ਦਿਖਾਵਾਂਗੇ ਅੱਜ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਖੜ੍ਹੇ ਨੇ ਇੱਥੇ ਕਾਲਾ ਧਨੌਂਦਾ ਗੁਰਮੀਤ ਸਿੰਘ, ਕਾਲਾ ਧਨੌਂਦਾ ਦੀ ਡੈਡ ਬੋਡੀ ਨੂੰ ਇੱਥੇ ਰੱਖਿਆ ਗਿਆ, ਪੋਸਟਮਾਰਟਮ ਇੱਥੇ ਲਿਆਂਦਿਆ ਗਿਆ, ਉਹਦੇ ਪਰਿਵਾਰ ਵੀ ਇੱਥੇ ਪਹੁੰਚ ਚੁੱਕੇ ਨੇ। ਜਿਹੜਾ ਇਹ ਦੱਸਣਾ ਚਾਹਾਂਗੇ ਕੱਲ੍ਹ ਜਿਹੜਾ ਇਹ ਬੜਬਰ ਵਿੱਚ ਕੱਲ੍ਹ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਕੱਲ੍ਹ ਇੱਕ ਐਨਕਾਊਂਟਰ ਕੀਤਾ ਗਿਆ ਸੀ, ਤਿੰਨ ਸਾਥੀ ਉਹਦੇ ਗ੍ਰਿਫਤਾਰ ਕੀਤੇ ਗਏ ਸੀ। ਗੁਰਮੀਤ ਸਿੰਘ, ਕਾਲਾ ਧਨੌਂਦਾ ਜੋ 50 ਤੋਂ ਵੱਧ ਉਹਦੇ ਮਾਮਲੇ ਦਰਜ ਸੀ, ਉੱਥੇ ਕੱਲ੍ਹ ਉੱਥੇ ਐਨਕਾਊਂਟਰ ਕੀਤਾ ਗਿਆ, ਉਸਦੀ ਡੈੱਡ ਬੋਡੀ ਅੱਜ ਬਰਨਾਲਾ ਦੇ ਸਿਵਲ ਹਸਪਤਾਲ ਇੱਥੇ ਲਿਆਂਦੀ ਗਈ ਹੈ, ਅਤੇ ਉੱਥੇ ਪੁਲਿਸ ਵੱਲ ਤੈਨਾਤ ਕੀਤੀ ਗਈ ਹੈ ਚਾਰੋਂ ਪਾਸੇ, ਅਤੇ ਚਾਰੋਂ ਪਾਸੇ ਪੁਲਿਸ ਵੱਲ ਦੇ ਤੈਨਾਤ, ਉੱਥੇ ਉਹਦੇ ਪਰਿਵਾਰ ਵੀ ਇੱਥੇ ਪਹੁੰਚ ਚੁੱਕੇ ਆ, ਉਹਦੀ ਧਰਮ ਪਤਨੀ, ਉਹਦੇ ਪਿਤਾ ਅਤੇ ਉਹਦੇ ਪਰਿਵਾਰਕ ਮੈਂਬਰ ਅਤੇ ਉਹਦੇ ਸਾਥੀ ਉੱਥੇ ਪਹੁੰਚ ਚੁੱਕੇ ਨੇ। ਕੁਛ ਹੀ ਸਮੇਂ ਬਾਅਦ ਇੱਥੇ ਬਰਨਾਲਾ ਦੇ ਸਿਵਲ ਹਸਪਤਾਲ ਉਹਦਾ ਪੋਸਟਮਾਰਟਮ ਹੋਊਗਾ, ਤਾਂ ਪੋਸਟਮਾਰਟਮ ਦੇ ਬਾਅਦ ਉਸਨੂੰ ਉਸਦੇ ਪਿੰਡ ਧਨੌਂਦਾ ਵਿੱਚ ਉੱਥੇ ਅੰਤਿਮ ਸੰਸਕਾਰ ਕੀਤਾ ਜਾਊਗਾ ਰਸਮਾਂ ਤੋਂ। ਹਾਲਾਂਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹਦੇ ਪਰ ਬੋਲਣ ਨੂੰ ਤਿਆਰ ਨਹੀਂ ਨੇ, ਪਰ ਹਾਲਾਂਕਿ ਫਿਰ ਵੀ ਉਹਨਾਂ ਦੀ ਇੱਕ ਮਨ 'ਚ ਜ਼ਰੂਰ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਜਿਸ ਤਰ੍ਹਾਂ ਇਹ ਹਾਦਸਾ ਇੱਕਦਮ ਹੋਇਆ ਅਤੇ ਕਾਊਂਟਰ ਹੋਇਆ, ਪਰਿਵਾਰ ਦਾ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਸੂਤਰਾਂ ਵੱਲੋਂ ਇਹ ਜ਼ਰੂਰ ਦੱਸ ਰਹੇ ਨੇ ਕਿ ਉਹ ਸੁਧਰਨਾ ਚਾਹੁੰਦਾ ਸੀ, ਪਰ ਪਿਛਲੇ ਦਿਨਾਂ 'ਚ ਹੋਈ ਇੱਕ ਲੜਾਈ ਨੂੰ ਲੈ ਕੇ ਫਿਰ ਭਗੌੜਾ ਹੋਇਆ, ਫਿਰ ਦੁਬਾਰਾ ਇਹ ਇਸ ਵਾਰਦਾਤ 'ਚ ਆ ਗਿਆ, ਪਰ ਹੁਣ ਇਹ ਅੰਤਿਮ ਸੰਸਕਾਰ ਉਹਦੇ ਪਿੰਡ ਧਨੌਂਦਾ ਵਿੱਚ ਕੀਤਾ ਜਾਊਗਾ। ਬਰਨਾਲਾ ਤੋਂ ਆਸ਼ੀਸ਼ ਸ਼ਰਮਾ, ਨਿਊਜ਼ 18 ਪੰਜਾਬ। ਬਰਨਾਲਾ ਦੇ ਕੱਲ੍ਹ ਬੜਬਰ ਵਿੱਚ ਕਾਲੇ ਧਨੌਂਦੇ ਦਾ ਗੈਂਗਸਟਰ ਦਿੱਤੇ, ਉੱਥੇ ਇੱਕ ਐਨਕਾਊਂਟਰ ਕੀਤਾ ਗਿਆ ਸੀ, ਉਹ ਦਿਖਾਵਾਂਗੇ ਅੱਜ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਖੜ੍ਹੇ ਨੇ ਇੱਥੇ ਕਾਲਾ ਧਨੌਂਦਾ ਗੁਰਮੀਤ ਸਿੰਘ, ਕਾਲਾ ਧਨੌਂਦਾ ਦੀ ਡੈੱਡ ਬੋਡੀ ਨੂੰ ਇੱਥੇ ਰੱਖਿਆ ਗਿਆ, ਪੋਸਟਮਾਰਟਮ ਇੱਥੇ ਲਿਆਂਦਿਆ ਗਿਆ, ਉਹਦੇ ਪਰਿਵਾਰ ਵੀ ਇੱਥੇ ਪਹੁੰਚ ਚੁੱਕੇ ਨੇ। ਜਿਹੜਾ ਇਹ ਦੱਸਣਾ ਚਾਹਾਂਗੇ ਕੱਲ੍ਹ ਜਿਹੜਾ ਇਹ ਬੜਬਰ ਵਿੱਚ ਕੱਲ੍ਹ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਕੱਲ੍ਹ ਇੱਕ ਐਨਕਾਊਂਟਰ ਕੀਤਾ ਗਿਆ ਸੀ, ਤਿੰਨ ਸਾਥੀ ਉਹਦੇ ਗ੍ਰਿਫਤਾਰ ਕੀਤੇ ਗਏ ਸੀ। ਗੁਰਮੀਤ ਸਿੰਘ, ਕਾਲਾ ਧਨੌਂਦਾ ਜੋ 50 ਤੋਂ ਵੱਧ ਉਹਦੇ ਮਾਮਲੇ ਦਰਜ ਸੀ, ਉੱਥੇ ਕੱਲ੍ਹ ਉੱਥੇ ਐਨਕਾਊਂਟਰ ਕੀਤਾ ਗਿਆ, ਉਸਦੀ ਡੈੱਡ ਬੋਡੀ ਅੱਜ ਬਰਨਾਲਾ ਦੇ ਸਿਵਲ ਹਸਪਤਾਲ ਇੱਥੇ ਲਿਆਂਦੀ ਗਈ ਹੈ, ਅਤੇ ਉੱਥੇ ਪੁਲਿਸ ਵੱਲ ਤੈਨਾਤ ਕੀਤੀ ਗਈ ਹੈ ਚਾਰੋਂ ਪਾਸੇ, ਅਤੇ ਚਾਰੋਂ ਪਾਸੇ ਪੁਲਿਸ ਵੱਲ ਦੇ ਤੈਨਾਤ, ਉੱਥੇ ਉਹਦੇ ਪਰਿਵਾਰ ਵੀ ਇੱਥੇ ਪਹੁੰਚ ਚੁੱਕੇ ਆ, ਉਹਦੀ ਧਰਮ ਪਤਨੀ, ਉਹਦੇ ਪਿਤਾ ਅਤੇ ਉਹਦੇ ਪਰਿਵਾਰਕ ਮੈਂਬਰ ਅਤੇ ਉਹਦੇ ਸਾਥੀ ਉੱਥੇ ਪਹੁੰਚ ਚੁੱਕੇ ਨੇ। ਕੁਛ ਹੀ ਸਮੇਂ ਬਾਅਦ ਇੱਥੇ ਬਰਨਾਲਾ ਦੇ ਸਿਵਲ ਹਸਪਤਾਲ ਉਹਦਾ ਪੋਸਟਮਾਰਟਮ ਹੋਊਗਾ, ਤਾਂ ਪੋਸਟਮਾਰਟਮ ਦੇ ਬਾਅਦ ਉਸਨੂੰ ਉਸਦੇ ਪਿੰਡ ਧਨੌਂਦਾ ਵਿੱਚ ਉੱਥੇ ਅੰਤਿਮ ਸੰਸਕਾਰ ਕੀਤਾ ਜਾਊਗਾ ਰਸਮਾਂ ਤੋਂ। ਹਾਲਾਂਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹਦੇ ਪਰ ਬੋਲਣ ਨੂੰ ਤਿਆਰ ਨਹੀਂ ਨੇ, ਪਰ ਹਾਲਾਂਕਿ ਫਿਰ ਵੀ ਉਹਨਾਂ ਦੀ ਇੱਕ ਮਨ 'ਚ ਜ਼ਰੂਰ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਜਿਸ ਤਰ੍ਹਾਂ ਇਹ ਹਾਦਸਾ ਇੱਕਦਮ ਹੋਇਆ ਅਤੇ ਐਨਕਾਊਂਟਰ ਹੋਇਆ, ਪਰਿਵਾਰ ਦਾ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਸੂਤਰਾਂ ਵੱਲੋਂ ਇਹ ਜ਼ਰੂਰ ਦੱਸ ਰਹੇ ਨੇ ਕਿ ਉਹ ਸੁਧਰਨਾ ਚਾਹੁੰਦਾ ਸੀ, ਪਰ ਪਿਛਲੇ ਦਿਨਾਂ 'ਚ ਹੋਈ ਇੱਕ ਲੜਾਈ ਨੂੰ ਲੈ ਕੇ ਫਿਰ ਭਗੌੜਾ ਹੋਇਆ, ਫਿਰ ਦੁਬਾਰਾ ਇਹ ਇਸ ਵਾਰਦਾਤ 'ਚ ਆ ਗਿਆ, ਪਰ ਹੁਣ ਇਹ ਅੰਤਿਮ ਸੰਸਕਾਰ ਉਹਦੇ ਪਿੰਡ ਧਨੌਂਦਾ ਵਿੱਚ ਕੀਤਾ ਜਾਊਗਾ। ਬਰਨਾਲਾ ਤੋਂ ਆਸ਼ੀਸ਼ ਸ਼ਰਮਾ, ਨਿਊਜ਼ 18 ਪੰਜਾਬ।